ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਆਪਾਂ ਕਰਵਾ ਚੌਥ ਤੇ ਮਿਲਣ ਵਾਲੇ ਮੱਠੇ ਹੁੰਦੇ ਜਿਹੜੇ ਮਿੱਠੇ ਮੱਠੀ, ਉਹ ਆਪਾਂ ਤੁਹਾਨੂੰ ਘਰ ਹੀ ਬਣਾਉਣਾ ਸਿਖਾਉਂਦੇ ਹਾਂ ਜੀ। ਜਿਹੜੇ ਕਿ ਦੇਖੋ ਆਪਾਂ ਜਦੋਂ ਵੀ ਬਾਜ਼ਾਰ 'ਚੋਂ ਲੈ ਕੇ ਆਉਂਦੇ ਹਾਂ, ਬਾਜ਼ਾਰ ਦੇ ਵਿੱਚੋਂ ਬਹੁਤ ਹੀ ਮਹਿੰਗੇ ਵੀ ਮਿਲਦੇ ਨੇ। ਦੇਖੋ ਬਾਜ਼ਾਰ ਦੇ ਵਿੱਚ ਜਦੋਂ ਇਕੱਠਾ ਸਮਾਨ ਬਣਦਾ ਹੈ ਤਾਂ ਥੋੜ੍ਹੀ ਸਫਾਈ ਵੀ ਘੱਟੀ ਹੁੰਦੀ ਹੈ, ਹੈ ਨਾ ਜੀ। ਪਰ ਆਪਾਂ ਲੈ ਕੇ ਆਉਂਦੇ ਹਾਂ, ਆਪਾਂ ਨੂੰ ਘਰੇ ਬਣਾਉਣੇ ਨਹੀਂ ਆਉਂਦੇ ਹੁੰਦੇ, ਅਤੇ ਇਸ ਕਰਕੇ ਆਪਾਂ ਨੂੰ ਬਾਜ਼ਾਰ 'ਚੋਂ ਚਾਹੇ ਉਹ ਮਹਿੰਗੇ ਮਿਲਣ, ਚਾਹੇ ਸਫਾਈ ਘੱਟ ਵੀ ਹੋਵੇ, ਪਰ ਫਿਰ ਵੀ ਆਪਾਂ ਦੇਖੋ ਬਾਜ਼ਾਰ 'ਚ ਹੀ ਲੈ ਕੇ ਆਉਂਦੇ ਹਾਂ। ਅੱਜ ਆਪਾਂ ਘਰੇ ਬਣਾਵਾਂਗੇ ਜੀ ਬਿਲਕੁਲ ਬਾਜ਼ਾਰ ਵਰਗੇ ਮੱਠੇ, ਅਤੇ ਨਾਲੇ ਬਿਲਕੁਲ ਸਫਾਈ ਦੇ ਨਾਲ ਬਣਾਵਾਂਗੇ ਜੀ। ਆਪਾਂ ਤੁਹਾਨੂੰ ਸਾਰਾ ਕੁਛ ਦੱਸਾਂਗੇ ਕੀ ਕੁਛ ਆਪਾਂ ਨੂੰ ਚਾਹੀਦਾ ਅਤੇ ਕੀ ਕੁਛ ਆਪਾਂ ਨੇ ਲੈਣਾ ਹੈਗਾ। ਅਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਆਪਾਂ ਨੂੰ ਮੱਠੇ ਬਣਾਉਣ ਵਾਸਤੇ ਕੀ ਕੁਛ ਚਾਹੀਦਾ ਹੈਗਾ ਜੀ। ਦੇਖੋ ਆਪਾਂ ਇੱਕ ਤਾਂ ਲਿੱਤੀ ਹੈ ਜੀ ਚੀਨੀ, ਆਪਣੇ ਕੋਲ ਹੈਗੀ ਹੈ ਜੀ ਇਹ ਪੀਸੀ ਹੋਈ ਚੀਨੀ ਹੈ। ਜੇ ਤੁਹਾਡੇ ਕੋਲ ਪੀਸੀ ਹੋਈ ਚੀਨੀ ਨਹੀਂ ਹੈਗੀ ਤਾਂ ਤੁਸੀਂ ਜਿਹੜੀ ਆਪਾਂ ਚਾਹ 'ਚ ਪਾਉਂਦੇ ਹਾਂਗੇ ਦਾਣਾ ਖੰਡ, ਅਤੇ ਉਹਨੂੰ ਵੀ ਆਪਾਂ ਮਿਕਸੀ ਦੇ ਵਿੱਚ ਪੀਸ ਸਕਦੇ ਹਾਂ। ਦੇਖੋ ਇੱਕ ਕੌਲੀ ਆਪਾਂ ਲਿੱਤੀ ਹੈ ਜੀ ਚੀਨੀ ਦੀ, ਅਤੇ ਅੱਧੀ ਕੌਲੀ ਤੋਂ ਵੀ ਥੋੜ੍ਹਾ ਜਿਹਾ ਘੱਟ ਹੈ ਜੀ ਇਹ ਲਿੱਤਾ ਆਪਾਂ ਰਿਫੈਂਡ, ਤਕਰੀਬਨ ਜੇ 2 ਗੜਛੀਆਂ ਹੋਣਗੀਆਂ। ਲਓ ਜੀ ਥੋੜ੍ਹੀ ਜਿਹੀ ਆਪਾਂ ਲਿੱਤੀ ਹੈ ਸੌਂਫ, ਅਤੇ ਇੱਕ ਇਹਦੇ ਵਿੱਚ ਆਪਾਂ ਲਵਾਂਗੇ ਜੀ ਬੇਕਿੰਗ ਪਾਊਡਰ, ਜਿਹਨੂੰ ਆਪਾਂ ਬੇਕਿੰਗ ਸੋਡਾ ਵੀ ਕਹਿ ਦਿੰਦੇ ਹਾਂਗੇ। ਅਤੇ ਇੱਧਰ ਲਿੱਤਾ ਜੀ ਆਪਾਂ ਮੈਦਾ, ਮੈਦੇ ਨੂੰ ਆਪਾਂ ਮਿਣ ਕੇ ਪਾਵਾਂਗੇ। ਇਹ ਮੈਨੇ ਛਾਣ ਕੇ ਰੱਖ ਲਿਆ ਸੀ ਇੱਕ ਭਾਂਡੇ ਦੇ ਵਿੱਚ, ਇਹਨੂੰ ਆਪਾਂ ਮਿਣ ਕੇ ਪਾਵਾਂਗੇ। ਦੇਖੋ ਹਰ ਇੱਕ ਚੀਜ਼ ਹੈ ਜਿਹੜੀ ਆਪਾਂ ਤੁਹਾਨੂੰ ਸਾਰੀ ਮਿਣ ਕੇ ਦਿਖਾਵਾਂਗੇ ਜੀ, ਤਾਂ ਜੋ ਆਪਣੇ ਜਿਹੜੇ ਮੱਠੇ ਹੈ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਬਣਨ। ਲਓ ਜੀ ਸਭ ਤੋਂ ਪਹਿਲਾਂ ਦੇਖੋ ਆਪਾਂ ਇੱਕ ਭਾਂਡਾ ਲਿੱਤਾ ਇਸ ਤਰ੍ਹਾਂ, ਅਤੇ ਭਾਂਡੇ ਦੇ ਵਿੱਚ ਪਾਵਾਂਗੇ ਪਹਿਲਾਂ ਆਪਾਂ ਪਾਵਾਂਗੇ ਜੀ ਆਪਣਾ ਤੇਲ। ਅਤੇ ਇਸੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਜੀ ਥੋੜ੍ਹਾ ਜਿਹਾ ਹਲਕਾ ਜਿਹਾ ਗਰਮ ਪਾਣੀ, ਮੈਂ ਕਰਕੇ ਰੱਖ ਲਿਆ ਸੀ। ਅਤੇ ਇਸੇ ਤਰ੍ਹਾਂ ਆਪਾਂ ਓਨਾ ਕੀ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਜੀ, ਅਤੇ ਓਨਾ ਹੀ ਆਪਾਂ ਪਾਣੀ ਪਾਵਾਂਗੇ। ਆਪਾਂ ਦੇਖੋ ਇਹਦੇ ਵਿੱਚ ਰਿਫੈਂਡ ਤੇਲ ਵੀ ਪਾ ਲਿਆ, ਅਤੇ ਆਪਾਂ ਇਹਦੇ ਵਿੱਚ ਪਾਣੀ ਵੀ ਪਾ ਲਿਆ, ਅਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ। ਇਹਦੇ ਵਿੱਚ ਪਾਵਾਂਗੇ ਆਪਾਂ ਸੌਂਫ, 1 ਚਮਚਾ ਮੈਂ ਸੌਂਫ ਪਾਈ ਹੈ, ਉਹ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਲੈਂਦੇ ਹਾਂ। ਅਤੇ ਇੱਕ ਮੈਂ ਜਿਹੜਾ ਆਪਾਂ ਲਿੱਤਾ ਜੀ ਬੇਕਿੰਗ ਸੋਡਾ, ਇਹ ਪਾਵਾਂਗੇ ਆਪਾਂ, ਤਾਂ ਜੋ ਆ ਜਿਹੜੇ ਆਪਣੇ ਮੱਠੇ ਆ ਬਿਲਕੁਲ ਸੌਫਟ ਬਣ। ਚਮਚੇ ਦਾ 1/4 ਹਿੱਸਾ ਪਾਈ ਪਾਇਆ, ਸਾਰੀਆਂ ਚੀਜ਼ਾਂ ਪਹਿਲਾਂ ਆਪਾਂ ਮਿਕਸ ਕਰ ਲੈਂਦੇ ਹਾਂ। ਪਹਿਲਾਂ ਆਪਾਂ ਥੋੜ੍ਹਾ ਜਿਹਾ ਪਾਣੀ ਘੱਟ ਪਾਉਣਾ ਜੀ, ਪਾਣੀ ਦੇਖੋ ਆਪਾਂ ਬਾਅਦ ਵਿੱਚ ਵੀ ਪਾ ਸਕਾਂਗੇ, ਆਪਾਂ ਨੂੰ ਲੋੜ ਪਈ ਤਾਂ ਆਪਾਂ ਥੋੜ੍ਹਾ ਜਿਹਾ ਪਾਣੀ ਬਾਅਦ 'ਚ ਵੀ ਪਾ ਲਾਂਗੇ। ਇਹਨੂੰ ਆਪਾਂ ਇਸ ਤਰ੍ਹਾਂ ਥੋੜ੍ਹਾ ਜਿਹਾ ਘੋਲ ਲੈਂਦੇ ਹਾਂ। ਲਓ ਜੀ ਚੀਨੀ ਵਾਲੀ ਆਪਣੀ ਕੌਲੀ ਹੈ, ਇਸੇ ਦੇ ਨਾਲ ਹੀ ਆਪਾਂ ਜਿਹੜਾ ਆਪਣਾ ਹੈਗਾ ਜੀ ਮੈਦਾ, ਮੈਦੇ ਨੂੰ ਮਿਣ ਕੇ ਪਾਵਾਂਗੇ। ਇੱਕ ਕੌਲੀ ਆਪਾਂ ਪਾ ਦਿੰਦੇ ਹਾਂ, ਇੱਕ ਕੌਲੀ ਆਪਾਂ ਹੋਰ ਪਾਵਾਂਗੇ, ਇੱਕ ਕੌਲੀ ਆਪਾਂ ਹੋਰ ਪਾ ਦਿੰਦੇ ਹਾਂ। ਲਓ ਜੀ ਆਪਾਂ ਹੱਥ ਨਾਲ ਇਹਨੂੰ ਚੰਗੀ ਤਰ੍ਹਾਂ ਨਾ ਇਕੱਠਾ ਕਰ ਲੈਣਾ। ਆਪਾਂ ਸਿਰਫ ਇਹਨੂੰ ਨਾ ਜ਼ਿਆਦਾ ਜਿਵੇਂ ਆਪਾਂ ਕਹਿ ਦਈਏ ਵੀ ਚੰਗੀ ਤਰ੍ਹਾਂ ਇਹਨੂੰ ਗੋ ਦੇਣੀ ਹੈ, ਆਪਾਂ ਉਸ ਤਰ੍ਹਾਂ ਗੋ ਨਹੀਂ ਦੇਣੀ, ਸਿਰਫ ਆਪਾਂ ਇਹਨੂੰ ਇਕੱਠਾ ਜਿਹਾ ਹੀ ਕਰਨਾ। ਲਓ ਜੀ ਆਪਾਂ ਨਾ ਸਿਰਫ ਇਹਨੂੰ ਇਕੱਠਾ ਜਿਹਾ ਕਰਨਾ, ਅਤੇ ਕਰਨਾ ਥੋੜ੍ਹਾ ਸਖ਼ਤ ਰੱਖਣਾ ਆਪਾਂ ਇਹ। ਜਦੋਂ ਆਪਾਂ ਸਾਰੀਆਂ ਚੀਜ਼ਾਂ ਬਿਲਕੁਲ ਸਹੀ ਪਾਵਾਂਗੇ, ਦੇਖੋ ਜਿਹੜੇ ਆਪਣੇ ਮੱਠੇ ਆ ਜੀ ਬਿਲਕੁਲ ਸਹੀ ਬਣਨਗੇ, ਬਿਲਕੁਲ ਬਾਜ਼ਾਰ ਦੀ ਤਰ੍ਹਾਂ ਬਣਨਗੇ। ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਜਿਵੇਂ ਆਟੇ ਨੂੰ ਮੁੱਕੀ ਦੇਣੀ ਹੈ ਨਾ, ਐਂ ਨਹੀਂ ਦੇਣੀ, ਸਿਰਫ ਆਪਾਂ ਇਹਨੂੰ ਇਕੱਠਾ ਜਿਹਾ ਹੀ ਕਰਨਾ ਇੱਕ ਵਾਰ, ਥੋੜ੍ਹਾ ਜਿਹਾ ਸਹੀ ਇਸ ਤਰ੍ਹਾਂ ਕਰ ਲਿਆ। ਆ ਦੇਖੋ ਆਪਾਂ ਇਸ ਤਰ੍ਹਾਂ ਇੰਨਾ ਇੰਨਾ ਮਤਲਬ ਕਿ ਸਖ਼ਤ ਰੱਖਣਾ ਆਟਾ, ਦੇਖੋ ਤੁਸੀਂ। ਅਤੇ ਹੁਣ ਆਪਾਂ ਇੱਧਰ ਕੜਾਹੀ 'ਚ ਪਾਇਆ ਜੀ ਰਿਫੈਂਡ ਤੇਲ। ਲਓ ਜੀ ਆਪਾਂ ਰਿਫੈਂਡ ਤੇਲ ਆ ਜਿਹੜਾ ਕੜਾਹੀ ਦੇ ਵਿੱਚ ਪਾ ਲਿਆ, ਅਤੇ ਇੱਕ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ, ਦੇਖੋ ਆਪਾਂ ਡਾਇਰੈਕਟ ਹੀ ਮੱਠੀਆਂ ਜਿਹੜੀਆਂ ਦੂਜੀਆਂ ਹੁੰਦੀਆਂ ਆਪਾਂ ਡਾਇਰੈਕਟ ਹੀ ਮਤਲਬ ਕਿ ਵੇਲ ਕੇ ਇਹਦੇ ਵਿੱਚ ਪਾ ਦਿੰਦੇ ਹਾਂ, ਆਪਾਂ ਇਸ ਤਰ੍ਹਾਂ ਨਹੀਂ ਪਾਉਣੀਆਂ ਹੈਗੀਆਂ। ਆਪਾਂ ਨੀਚੇ ਇੱਕ ਪਲੇਟ ਰੱਖਣੀ ਹੈ ਇਸ ਤਰ੍ਹਾਂ, ਜਿਸ ਹਿਸਾਬ ਨਾਲ ਆਪਣੀ ਕੜਾਹੀ ਦੇ ਵਿੱਚ ਕੋਈ ਪਲੇਟ ਆ ਜਾਏ ਉਸ ਹਿਸਾਬ ਨਾਲ ਆਪਾਂ ਨੀਚੇ ਪਲੇਟ ਰੱਖਣੀ ਹੈ, ਤਾਂ ਜੋ ਮੱਠੀਆਂ ਨੂੰ ਡਾਇਰੈਕਟ ਸੇਕ ਨਹੀਂ ਲੱਗਣਾ ਚਾਹੀਦਾ।
ਤੇ ਗੈਸ ਦੀ ਲੋ ਫਲੇਮ ਰੱਖਣੀ ਹੈ, ਪੂਰਾ ਫੁੱਲ ਤੇ ਗੈਸ ਨਹੀਂ ਕਰਨਾ, ਲੋ ਫਲੇਮ 'ਚ ਹੀ ਆਪਾਂ ਜਿਹੜੇ ਹੈਗੇ ਜੇ ਮੱਠੇ ਪਕਾਉਣੇ ਹੈਗੇ ਆਪਣੇ। ਲਓ ਜੀ, ਜਿਵੇਂ ਦੇਖੋ ਬਾਜ਼ਾਰ 'ਚ ਥੋੜ੍ਹੇ ਜਿਹੇ ਜ਼ਿਆਦਾ ਵੱਡੇ ਹੁੰਦੇ ਹੈ, ਆਪਾਂ ਘਰੇ ਬਣਾ ਰਹੇ ਹਾਂ ਆਪਾਂ ਉਸ ਹਿਸਾਬ ਨਾਲ ਬਣਾਵਾਂਗੇ, ਆਪਾਂ ਬਾਜ਼ਾਰ ਦੀ ਤਰ੍ਹਾਂ ਨਹੀਂ ਬਣਾਉਣੇ ਹੈਗੇ, ਆਪਾਂ ਥੋੜ੍ਹੇ ਛੋਟੇ ਪੇੜਾ ਲਿੱਤਾ ਉਸ ਹਿਸਾਬ ਨਾਲ ਹੀ ਆਪਾਂ ਬਣਾਵਾਂਗੇ। ਲਓ ਜੀ ਦੇਖੋ, ਮੈਂ ਇੰਨੇ ਇੰਨੇ ਕੁ ਪੇੜੇ ਕਰ ਲਏ। ਲਓ ਜੀ, ਆਪਾਂ ਪਹਿਲਾਂ ਇਸ ਤਰ੍ਹਾਂ ਕਰਕੇ, ਪਹਿਲਾਂ ਆਪਾਂ ਥੋੜ੍ਹਾ ਜਿਹਾ ਹੱਥ ਦੇ ਨਾਲ ਹੀ ਇਹਨੂੰ ਐਂ ਕਰ ਦਾਂਗੇ, ਥੋੜ੍ਹਾ ਜਿਹਾ ਆਪਾਂ ਮੋਟਾ ਰੱਖਾਂਗੇ। ਆਪਾਂ ਇਹਦੇ ਨਾਲ ਵਧਾ ਦਿੰਦੇ ਹਾਂ। ਲਓ ਜੀ ਦੇਖੋ, ਇੰਨਾ ਆਪਾਂ ਮੋਟਾ ਰੱਖਣਾ ਇਹ। ਅਤੇ ਇੱਕ ਆਪਾਂ ਇਹ ਹੋਰ ਮੈਂ ਤੁਹਾਨੂੰ ਦੱਸਦੀ ਹਾਂ, ਇੱਕ ਆਪਾਂ ਇਹਦੇ 'ਚ ਲਾਵਾਂਗੇ ਜੀ ਥੋੜ੍ਹੀ ਜਿਹੀ ਟੱਕ। ਦੇਖੋ ਤੁਸੀਂ ਕੋਈ ਵੀ ਲੈ ਕੇ ਇਸ ਤਰ੍ਹਾਂ ਚਾਕੂ ਐਂ ਛੋਟੇ ਛੋਟੇ ਨਾ ਵਿੱਚ ਵਿੱਚ ਟੱਕ ਲਾ ਦਿਓ, ਤਾਂ ਜੋ ਇਹ ਚੰਗੀ ਤਰ੍ਹਾਂ ਅੰਦਰ ਤੱਕ ਬਿਲਕੁਲ ਕ੍ਰਿਸਪੀ ਬਣੇ। ਲਓ ਜੀ, ਆਪਾਂ ਸਾਰੇ ਇਸ ਤਰ੍ਹਾਂ ਹੀ ਤਿਆਰ ਕਰ ਲਾਂਗੇ, ਸਭ ਤੋਂ ਪਹਿਲਾਂ ਆਪਾਂ ਇਹਨੂੰ ਤਿਆਰ ਕਰ ਲੈਂਦੇ ਹਾਂ। ਲਓ ਜੀ, ਆਪਾਂ ਸਾਰੇ ਮੱਠੇ ਨੇ ਜੀ ਵੇਲ ਕੇ ਤਿਆਰ ਕਰ ਲਏ ਨੇਗੇ, ਅਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਾਂ ਕਿਵੇਂ ਇਹਨਾਂ ਨੂੰ ਫਰਾਈ ਕਰਨਾ। ਘਿਓ ਆਪਣਾ ਦੇਖੋ ਹਲਕਾ ਜਿਹਾ ਗਰਮ ਹੈ, ਆਪਾਂ ਪੂਰਾ ਗਰਮ ਨਹੀਂ ਕਰਨਾ, ਹਲਕਾ ਜਿਹਾ ਗਰਮ ਹੈ। ਅਤੇ ਹੁਣ ਆਪਾਂ ਦੇਖੋ ਤੁਸੀਂ ਇਸ ਤਰ੍ਹਾਂ ਮੱਠਾ ਪਾਉਣਾ ਹੈਗਾ ਇਹ, ਅਤੇ ਆਪਣੇ ਆਪ ਹੀ ਇਹ ਮਤਲਬ ਕਿ ਫੁੱਲ ਕੇ ਉੱਪਰ ਨੂੰ ਆਊਗਾ, ਆਪਾਂ ਇਹਨੂੰ ਬਿਲਕੁਲ ਟੱਚ ਨਹੀਂ ਕਰਨਾ। ਦੇਖੋ ਜੀ, ਜੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਹਿਲਾਵਾਂਗੇ ਤਾਂ ਇਹ ਕੀ ਹੋਊਗਾ, ਇਹ ਟੁੱਟ ਜੂਗਾ, ਵਿੱਚ ਵਿਖਰ ਜੂਗਾ, ਇਸ ਕਰਕੇ ਇਹ ਉੱਪਰ ਆਉਣ ਤੱਕ 2-3 ਮਿੰਟ ਲੱਗਣਗੇ। ਇਹ ਥੱਲੋਂ ਫਰਾਈ ਹੋ ਕੇ ਹਲਕਾ ਜਿਹਾ ਉੱਪਰ ਨੂੰ ਉੱਠ ਜੂਗਾ, ਅਤੇ ਫਿਰ ਆਪਾਂ ਦੋ ਮਤਲਬ ਕਿ ਲੈਣੀਆਂ ਨੇਗੀਆਂ ਛਾਲਣੀਆਂ, ਇੱਕ ਛਾਲਣੀ ਆਪਾਂ ਨੀਚੇ ਰੱਖ ਕੇ ਦੂਜੀ ਛਾਲਣੀ ਦੇ ਨਾਲ ਮਦਦ ਨਾਲ ਮੈਂ ਤੁਹਾਨੂੰ ਦੱਸੂੰਗੀ, ਉਸੇ ਤਰ੍ਹਾਂ ਆਪਾਂ ਇਹਨੂੰ ਪਲਟਾਵਾਂਗੇ। ਜਦੋਂ ਥੋੜ੍ਹਾ ਜਿਹਾ ਪੱਕ ਗਿਆ ਫਿਰ ਆਪਾਂ ਇਹਨੂੰ ਕਿਵੇਂ ਮਰਜ਼ੀ ਉਹ ਕਰ ਲਈਏ ਜੀ, ਫਿਰ ਨਹੀਂ ਇਹ ਟੁੱਟਦਾ। ਆਹ ਦੇਖੋ ਜੀ, ਤੁਸੀਂ ਇਹ ਫਰਾਈ ਹੋ ਕੇ ਉੱਪਰ ਆ ਗਿਆ, ਹੁਣ ਆਪਾਂ ਇਹਨੂੰ ਕਿਵੇਂ ਪਲਟਾਉਣਾ ਹੈ ਉਹੀ ਮੈਂ ਤੁਹਾਨੂੰ ਦੱਸਦੀ ਹਾਂ। ਦੇਖੋ, ਆਪਾਂ ਦੋ ਇਸ ਤਰ੍ਹਾਂ ਛਾਲਣੀਆਂ ਲੈ ਕੇ, ਇੱਕ ਛਾਲਣੀਆਂ ਨੀਚੇ ਰੱਖ ਕੇ ਨਾ ਇਸ ਤਰ੍ਹਾਂ ਕਰਕੇ ਆਪਾਂ ਆਰਾਮਦਾਰੀ ਨਾਲ ਉਹ ਚੱਕਦੇ ਨੇ, ਇਸ ਤਰ੍ਹਾਂ ਹੀ ਰੱਖਦੇ ਨੇ, ਇਹ ਨੀਚੋਂ ਵੀ ਪੱਕ ਕੇ ਇਸ ਤਰ੍ਹਾਂ ਹੀ ਫਿਰ ਉੱਪਰ ਆਜੂ, ਫਿਰ ਆਪਾਂ ਇਹਨੂੰ ਆਰਾਮ ਨਾਲ ਕਿਵੇਂ ਮਰਜ਼ੀ ਇਹਨੂੰ ਉਲਟਾ ਪਲਟੀ ਕਰ ਸਕਦੇ ਹਾਂ। ਆਹ ਦੇਖੋ ਤੁਸੀਂ, ਇਸ ਤਰ੍ਹਾਂ ਹੀ ਪੱਕ ਰਹੇ ਆ। ਦੇਖੋ ਆਪਣਾ ਜਿਹੜਾ ਗੈਸ ਹੈ ਜੀ ਆਪਾਂ ਤਾਂ ਘੱਟ ਰੱਖਿਆ ਤਾਂ ਜੋ ਇਹ ਅੰਦਰ ਤੱਕ ਚੰਗੀ ਤਰ੍ਹਾਂ ਕ੍ਰਿਸਪੀ ਬਣ ਜਾਏ, ਹੌਲੀ ਹੌਲੀ ਇਹ ਘੱਟ ਫਲੇਮ 'ਤੇ ਪੱਕਣਾ ਚਾਹੀਦਾ ਹੈਗਾ। ਲਓ ਜੀ, ਹੁਣ ਆਪਾਂ ਇਧਰਲੀ ਸਾਈਡ ਇਹਨੂੰ ਫੇਰ ਪਲਟਾ ਦਿੰਦੇ ਹਾਂਗੇ। ਦੇਖੋ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਦੂਜੇ ਪਾਸੇ ਵੀ ਇਹਨੂੰ ਸੇਕ ਲਵਾਵਾਂਗੇ। ਲਓ ਜੀ ਦੇਖੋ, ਇਹ ਬਿਲਕੁਲ ਬਰਾਊਨ ਹੋ ਗਿਆ, ਥੋੜ੍ਹਾ ਜਿਹਾ ਆਪਾਂ ਇਹਨੂੰ ਹਲਕਾ ਜਿਹਾ ਸੇਕ ਹੋਰ ਲਵਾ ਦਾਂਗੇ, ਅਤੇ ਬਸ ਫਿਰ ਆਪਾਂ ਇਹਨੂੰ ਬਾਹਰ ਕੱਢ ਲਾਂਗੇ। ਲਓ ਜੀ ਬਿਲਕੁਲ ਦੇਖੋ ਤੁਸੀਂ, ਇਹ ਗੋਲਡਨ ਬਰਾਊਨ ਹੋ ਗਿਆ, ਅਤੇ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਂਦੇ ਹਾਂ। ਦੇਖੋ ਜੀ, ਤੁਸੀਂ ਇਹ ਅੰਦਰ ਤੱਕ ਵੀ ਬਹੁਤ ਸੋਹਣਾ ਪੱਕਿਆ, ਜਦੋਂ ਇਹ ਠੰਡੇ ਹੋ ਗਏ ਨਾ ਸਾਰੇ ਫਰਾਈ ਹੋ ਗਏ, ਅਤੇ ਫਿਰ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਂਗੀ, ਪਹਿਲਾਂ ਆਪਾਂ ਸਾਰੇ ਇਸ ਤਰ੍ਹਾਂ ਹੀ ਫਰਾਈ ਕਰ ਲੈਂਦੇ ਹਾਂ। ਦੇਖੋ ਆਪਾਂ ਹਲਕਾ ਹਲਕਾ ਜਿਹੜਾ ਇਹਦੇ ਵਿੱਚ ਐਕਸਟਰਾ ਹੈਗਾ ਜੀ ਤੇਲ, ਆਪਾਂ ਸਾਰਾ ਇਸ ਤਰ੍ਹਾਂ ਕੱਢ ਦਾਂਗੇ ਇਹਨੂੰ। ਲਓ ਜੀ, ਮੱਠੇ ਸੀਗੇ ਸਾਰੇ ਆਪਾਂ ਬਣਾ ਕੇ ਤਿਆਰ ਕਰ ਲਏ ਨੇ, ਹੁਣ ਇਹ ਥੋੜ੍ਹੇ ਠੰਡੇ ਹੋ ਗਏ ਸੀਗੇ, ਅਤੇ ਮੈਂ ਹੁਣ ਤੁਹਾਨੂੰ ਦਿਖਾਉਂਦੀ ਹਾਂ ਜੀ ਇਹ ਤੋੜ ਕੇ ਇਹ ਕਿੰਨੇ ਕ੍ਰਿਸਪੀ ਬਣੇ ਨੇਗੇ। ਦੇਖੋ ਤੁਸੀਂ ਕਿੰਨੇ ਸੋਹਣੇ ਇਹ ਸੌਂਫ ਪਹਿਲਾਂ ਤਾਂ ਬਣੇ ਨੇ, ਫਿਰ ਤੁਸੀਂ ਦੇਖਿਓ ਜੀ, ਦੇਖੋ ਨੀਵੇਂ ਰੱਖ ਲਓ, ਇੰਨੇ ਕ੍ਰਿਸਪੀ ਬਣੇ ਨੇ ਜੀ, ਤੁਸੀਂ ਨਾ ਹੈਰਾਨ ਹੋ ਜਾਓਗੇ, ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਇਹ ਤੁਸੀਂ ਬਾਜ਼ਾਰ 'ਚੋਂ ਲੈ ਕੇ ਆਓ ਜਾਂ ਤੁਸੀਂ ਘਰ ਵਿੱਚ ਹੀ ਬਣਾਏ ਨੇ। ਤੁਸੀਂ ਜ਼ਰੂਰ ਬਣਾ ਕੇ ਦੇਖਿਓ ਅਤੇ ਖਾ ਕੇ ਦੇਖਿਓ, ਅਤੇ ਫਿਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਇਹ ਮੱਠੇ ਕਿਵੇਂ ਦੇ ਲੱਗੇ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਬਣਾਇਓ ਜ਼ਰੂਰ, ਅਤੇ ਖਾ ਕੇ ਫਿਰ ਸਾਨੂੰ ਜ਼ਰੂਰ ਦੱਸਿਓ।